ਲਓ ਜੀ ਜਿਸ ਵੇਲੇ ਆ ਜਿੱਥੇ ਇਹਨੇ ਛੱਡੀ ਸੀ ਅੰਨੀ ਮਾਂ ਸੀ ਜਾ ਕੇ ਜਿਸ ਵੇਲੇ ਚਾਟੀ ਖੜਕਾਈ ਕਹਿੰਦੀ ਦੁਰ 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 ਉਹਨੇ ਕਹਾ ਕੁੱਤਾ ਹਜੇ ਫੜਿਆ ਉਹ ਕਹਿਣ ਲੱਗਿਆ ਮਾਂ ਮੈਂ ਤੇਰਾ ਪੋਤਾ ਗੰਜਾ ਭਿੰਨ ਮਾਣੇ ਤੂੰ ਇਸ ਵੇਲੇ ਤੇਰੀਆਂ ਭੇਡਾਂ ਕਹਿੰਦਾ ਸੋਰੀ ਭੇਡਾਂ ਦੀ ਕਹਿੰਦਾ ਭੇਡਾਂ ਆਪਣੇ ਅਫਸਰਾਂ ਦੇ ਪੁੱਤ ਚਾਰਦੇ ਫਿਰਦੇ ਆਪਾਂ ਕਿਸੇ ਤੋਂ ਘੱਟ ਵੀ ਤੂੰ ਕਿੱਥੇ ਚੱਲਿਆ ਕਹਿੰਦਾ ਮੈਂ ਤਾਂ ਚੱਲਿਆ ਰਾਣੀ ਦੇ ਵੀਹ ਗੇੜ ਨਾਵੇ ਨਾ ਉੱਥੇ ਨਾ ਜਾਈ ਤਾਂ ਮਾਰ ਦਈਏ ਕਹਿੰਦਾ ਮਾਰਦੀ ਹੋਈ ਲੋਕਾਂ ਨੂੰ ਮੈਨੂੰ ਤਾਂ ਹੱਥ ਨਹੀਂ ਲਾ ਸਕਦੀ ਲਓ ਜੀ ਪੀ ਕੇ ਘਰੋਂ ਲੱਸੀ ਫੜ ਕੇ ਹੱਥ 'ਚ ਡਾਂਗ ਇੱਕ ਸਾਫਾ ਮੋਢੇ ਦੇ ਅੱਗੇ ਸੀਗਾ ਕਿ ਭਾਰਾ ਜਿਹਾ ਖੇਸ ਰੱਖ ਲਿਆ ਕਹਿੰਦਾ ਸਿਆਣੇ ਬੰਦੇ ਕਹਿੰਦੇ ਜੇ ਕੋਲੇ ਕੱਪੜਾ ਹੋਵੇ ਤਾਂ ਕੰਮ ਦਿੰਦਾ ਮਾਰੋ ਮਾਰ ਕਰਦਾ ਰਾਣੀ ਦੇ ਮਹੱਲ ਨੂੰ ਤੁਰ ਪਿਆ ਇਸ ਵੇਲੇ ਪਹੁੰਚ ਗਿਆ ਜਾ ਕੇ ਹੁਣ ਲੋਕ ਤਾਂ ਨਗਾਰਾ ਸੋਟੀ ਨੇ ਵਜਾਉਂਦੇ ਸੀ ਉਹ ਜਿਹੜੀ ਹੱਥ 'ਚ ਡਾਂਗ ਸੀ ਉਹਦੇ ਨਾਲ ਟਮਕ ਨੂੰ ਲੱਗ ਗਿਆ ਵੱਢਣ ਧੜਲ ਧੜਲ ਕਰਕੇ ਜਦ ਪੁੱਠੀ ਜੀ ਆਵਾਜ਼ ਆਈ ਗੋਲੀ ਰਾਣੀ ਕਹਿੰਦੀ ਗੋਲੀ ਆ ਦੇਖ ਥੱਲੇ ਨਗਾਰਾ ਕੌਣ ਪਾੜਦਾ ਜਦ ਗੋਲੀ ਥੱਲੇ ਉੱਤਰ ਕੇ ਦੇਖੀ ਉਹਨੇ ਧਿਆਨ ਮਾਰ ਕੇ ਦੇਖ ਦੇਖ ਤਾਂ ਗੰਜਾ ਜਾਲੀ ਜਿਹੜੇ ਭੇਡਾਂ ਚੜਦਾ ਫਿਰਦਾ ਹੁੰਦਾ ਕਦੀ ਵੇ ਗੰਜਿਆ ਬਿਲ ਮਾਣਿਆ ਕਿ ਪਿਓ ਨੂੰ ਕੋਈ ਪਾੜਾ ਲੱਗਿਆ ਕਹਿੰਦਾ ਵੀਹ ਗਿਣਨਾ ਆ ਕਹਿੰਦੀ ਵੀਹ ਗਿਣਨਾ ਹੈ ਫੜ ਕੇ ਬਾਂਹ ਤੋਂ ਜਦ ਗੋਲੀ ਖਿੱਚ ਕੇ ਲਿਜਾਣ ਲੱਗੀ ਪੌੜੀਆਂ ਦੇਖ ਕੇ ਧੱਕਾ ਭਰੇ ਚੜ੍ਹਦੀ ਹੜ ਕਹਿੰਦਾ ਦਫਾ ਬਹੁ ਮੇਰੀਆਂ ਲੱਤਾਂ ਟੁੱਟੀਆਂ ਕਹਿੰਦਾ ਆਪ ਹੀ ਜਾਊਂਗਾ ਚੜ੍ਹ ਕੇ ਕਹਿੰਦਾ ਲੋਕਾਂ ਨੂੰ ਖਿੱਚ ਕੇ ਲੈ ਜਾਂਦੀ ਅੱਧ 'ਚ ਜਾ ਕੇ ਫੇਰ ਖੜ ਗਈ ਗੋਲੀ ਕਹਿੰਦੀ ਮੈਂ ਰਾਣੀ ਕੋਲੇ ਜਾਣ ਹੀ ਨਹੀਂ ਦਿੰਦੀ ਇੱਥੋਂ ਹੀ ਮੋੜ ਦਿੰਦੀ ਹਾਂ ਕਹਿੰਦੀ ਕੰਜਿਆ ਪਹਿਲਾਂ ਚਾਰ ਸਵਾਲ ਮੇਰੇ ਦੱਸ ਕਹਿੰਦਾ ਤੇਰਾ ਵੀ ਟੈਕਸ ਲਾਇਆ ਹੋਇਆ ਰਾਜ ਜਿਹੜਾ ਬੰਦੇ ਨੂੰ ਅਦਾ ਕਰਨਾ ਪੈਂਦਾ ਕਹਿੰਦੀ ਚਾਰ ਸਵਾਲ ਦੱਸ ਜੇ ਤਾਂ ਦੱਸੇਗਾ ਤਾਂ ਅੱਗੇ ਜਾਏਗਾ ਨਹੀਂ ਤੈਨੂੰ ਜਾਣ ਨਹੀਂ ਦੇਣਾ ਉਹ ਕਹਿੰਦਾ ਹਾਂ ਪੁੱਛ ਹੁਣ ਰਾਣੀ ਗੋਲੀ ਗੰਜੇ ਦੇ ਸਵਾਲ ਕਰਦੀ ਹੈ ਕਹਿੰਦੀ ਅਰਸ਼ ਦਾ ਫੁੱਲ ਜ਼ਮੀਨ ਦਾ ਗੁੱਲ ਬੇਵਕਤੀ ਨਮਾਜ਼ ਬੇਨੁਕਤੀ ਕਿਤਾਬ ਆ ਚਾਰ ਗੱਲਾਂ ਮੇਰੀਆਂ ਦੱਸ ਕਹਿੰਦਾ ਬਹੁਤ ਔਖੇ ਸਵਾਲ ਨੇ ਇਹ ਤਾਂ ਬੰਦਾ ਦੱਸ ਹੀ ਨਹੀਂ ਸਕਦਾ ਕਹਿੰਦਾ ਅਰਸ਼ ਦਾ ਫੁੱਲ ਕਹਿੰਦਾ ਨਬੀ ਪਾਕ ਦਾ ਕੁਤਬ ਤਰ ਦੇ ਵਿੱਚ ਨੂਰ ਚਮਕਣਾ ਅਰਸ਼ ਦਾ ਫੁੱਲ ਹੋ ਗਿਆ ਜ਼ਮੀਨ ਦਾ ਗੁੱਲ ਕਹਿੰਦਾ ਉਹੀ ਨਬੀ ਪਾਕ ਦਾ ਰੌਜ਼ਾ ਮੁਬਾਰਕ ਜਿਹੜਾ ਜ਼ਮੀਨ ਤੇ ਆ ਗਿਆ ਕਹਿੰਦੀ ਬੇਵਕਤੀ ਨਮਾਜ਼ ਕਹਿੰਦਾ ਲੱਗਦੀ ਤੇਰੀ ਨਮਾਜ਼ ਜਨਾਜ਼ਾ ਜਿਹਦਾ ਕੋਈ ਵਕਤ ਨਹੀਂ ਹੈਗਾ ਬੇਨੁਕਤੀ ਕਿਤਾਬ ਕਹਿੰਦਾ ਤੇਰੀ ਜ਼ਬਾਨ ਤਰ 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 ਲੱਗੀ ਹੋਈ ਹੈ ਚੱਲਣ ਖਣਾ ਜੀ ਤੇ ਨੁਕਤਾ ਹੀ ਹੈ ਨਹੀਂ ਰਾਣੀ ਗੋਲੀ ਮੂਹਰੇ ਗੰਜਾ ਮਗਰ ਜਾ ਕੇ ਰਾਣੀ ਨੂੰ ਕਹਿੰਦੀ ਮੇਰਾ ਹਿਸਾਬ ਕਰ ਦੇ ਕਹਿੰਦੀ ਕੀ ਹੋਇਆ ਕਹਿੰਦਾ ਮੇਰੇ ਚਾਰ ਸਵਾਲ ਦੱਸਿਆ ਹਲੇ ਤੇਰੇ ਵੀ ਵੀਹ ਗਿਣ ਜਾਣੇ ਅੱਜ ਚੋਲੇ ਚ ਲੈ ਗਿਆ ਜਿਸ ਵੇਲੇ ਗੰਜਾ ਜਾਲੀ ਕੋਲੇ ਜਾ ਕੇ ਖੜਿਆ ਜਦ ਰਾਣੀ ਨੇ ਦੇਖਿਆ ਕਹਿੰਦੀ ਵੇ ਗੰਜਿਆ ਤੂੰ ਕੀ ਲੈਣ ਆਇਆ ਇੱਥੇ ਕਹਿੰਦਾ ਲੋਕ ਕੀ ਲੈਣ ਆਉਂਦੇ ਕਹਿੰਦੀ ਉਹ ਤਾਂ ਵੀਹ ਗਿਣ ਆਉਂਦੇ ਆ ਮੇਰਾ ਡੋਲਾ ਲੈਣ ਆਉਂਦੇ ਕਹਿੰਦਾ ਮੈਨੂੰ ਭੁੱਲੇ ਹੋਏ ਮੈਂ ਨਹੀਂ ਗਿਣ ਸਕਦਾ ਮੈਂ ਬੰਦਾ ਨਹੀਂ ਕਹਿੰਦੀ ਜਾ ਚਲਾ ਜਾ ਛੱਤ ਚਲਾ ਜਾ ਸਾਡੇ ਪੱਕ ਇਲਾਕੇ ਦਾ ਤੂੰ ਪਾਲੇਂਗੀ ਮਾਰ ਮਾਰ ਕੇ ਛਿੱਤਰ ਤੇਰੇ ਗੰਜੇ ਸਿਰ 'ਚ ਮੋਰੀਆਂ ਕਰ ਉਹ ਕਹਿੰਦਾ ਰਾਣੀਏ ਜੇ ਤਾਂ ਵੀਹ ਨਾ ਗਿਣੇ ਗਏ ਗੰਜੇ ਸਿਰ 'ਚ ਮੋਰੀਆਂ ਤੂੰ ਕਰਦੀ ਛੇ ਕਹਿੰਦਾ ਮੈਂ ਗਿਣ ਗਿਆ ਵੀਹ ਪਾ ਕੇ ਗੁੱਤ ਨੂੰ ਹੱਥ ਕਹਿੰਦਾ ਮਹੱਲ 'ਚ ਖਿੱਚ ਕੇ ਲਿਜਾਉਂ ਜਦ ਗੁੱਤ ਦਾ ਨਾਂ ਲਿਆ ਰਾਣੀ ਰੋ ਜਾ ਗਈ ਗੁੱਸੇ 'ਚ ਆ ਗਈ ਵੀ ਹੋਵੇ ਪਾਲੀ ਪਾਵੇ ਮੇਰੀ ਗੁੱਤ ਨੂੰ ਹੱਥ ਲੈ ਕੇ ਸਵਾ ਹੱਥ ਦਾ ਚੰਮ ਦਾ ਲਿੱਤਰ ਦੋ ਰੱਖ ਲੈ ਮੁੜੇ ਉੱਚੀ ਹੋ ਕੇ ਬਹਿ ਗਈ ਤੇ ਗੰਜੇ ਨੂੰ ਕਹਿੰਦੀ ਬਹਿ ਜਾ ਇੱਥੇ ਗੰਜੇ ਨੇ ਜਦ ਦੇਖਿਆ ਹੈ ਕਹਿੰਦਾ ਔਰਤ ਜਾਤ ਹੋ ਕੇ ਕਹਿੰਦਾ ਬੰਦੇ ਨਾਲੋਂ ਉੱਚੀ ਹੋਈ ਬੈਠੀ ਲਾ ਕੇ ਮੋਢੇ ਤੋਂ ਸਾਫਾ ਲਾ ਕੇ ਖੇਸ ਕੁਛ ਮੁੱਛ ਕਰਕੇ ਲੈ ਕੇ ਜਿਤਣਾ ਥੱਲੇ ਡੇਢ ਗਿੱਟ ਰਾਣੀ ਨੂੰ ਉੱਚਾ ਹੋ ਕੇ ਬਹਿ ਗਿਆ ਕਹਿੰਦਾ ਹੁਣ ਗੱਲ ਕਰ ਰਾਣੀ ਦੇਖੀ ਜਾਂਦੀ ਹੈ ਕਹਿੰਦੀ ਇਹ ਕਰਤਾ ਕੀ ਹੈ ਕੋਵੇ ਗੰਜਿਆ ਇੱਕ ਕਹਿੰਦਾ ਠਹਿਰ ਜਾ ਇੱਕ ਇੱਕ ਕਰਕੇ ਕਹਿੰਦਾ ਸਾਰੇ ਜਹਾਨ ਨੂੰ ਤਾਂ ਵਕਤ ਪਾਇਆ ਹੋਇਆ ਕਹਿੰਦਾ ਇੱਕ ਗੱਲ ਮੇਰੀ ਦੱਸਤਾ ਕਹਿੰਦਾ ਕਿਹੜੀ ਆ ਕਹਿੰਦਾ ਜਿਹਨੂੰ ਆਪਾਂ ਅਕਲ ਕਹਿੰਦੇ ਆ ਅਕਲ ਦਾ ਮਾਲਕ ਕੌਣ ਆ ਰਾਣੀ ਚੁੱਪ ਕਰਕੇ ਬਹਿ ਗਈ ਕਹਿੰਦੀ ਗੰਜੇ ਇਹਦਾ ਨਹੀਂ ਪਤਾ ਲੱਗਦਾ ਕਹਿੰਦਾ ਜੇ ਵੀਹ ਨੰਗੜੇ ਜਾਣ ਕਿੰਨੇ ਲਿੱਤਰ ਮਾਰਦੀ ਹੁੰਦੀ ਹੈ ਕਹਿੰਦਾ ਭੱਜਦੇ ਦੌੜਦੇ ਤੇ ਵੀਹ ਕਹਿੰਦਾ ਪੰਜ ਲਿੱਤਰ ਛੱਡਦੇ ਹੁਣ ਹੀ ਦੱਸ ਦਿੰਦਾ ਉਹ ਕਹਿੰਦੀ ਗੰਜਿਆ ਤੈਨੂੰ ਪੰਜ ਲਿੱਤਰ ਛੱਡੇ ਉਹ ਕਹਿੰਦਾ ਰਾਣੀਏ ਅਕਲ ਦਾ ਮਾਲਕ ਗੁੱਸਾ ਜਦ ਗੁੱਸਾ ਆ ਜਾਂਦਾ ਅਕਲ ਬੰਦ ਹੋ ਜਾਂਦੀ ਹੈ ਲੜਾਈਆਂ ਹੋ ਜਾਂਦੀਆਂ ਬੰਦੇ ਕਤਲ ਹੋ ਜਾਂਦੇ ਆ ਜਦ ਕਚਹਿਰੀਏ ਜੋ ਤਰੀ ਭੁਗਤੇ ਆਉਂਦੇ ਆ ਗੋਡਿਆਂ ਦੇ ਹੱਥ ਰੱਖ ਕੇ ਯਾਰ ਨਾ ਹੀ ਲੜਦੇ ਤਾਂ ਚੰਗਾ ਸੀ ਕਹਿੰਦਾ ਫੇਰ ਅਕਲ ਆ ਜਾਂਦੀ ਹੈ ਭਾਵੇਂ ਗੰਜਿਆ ਇਹ ਤਾਂ ਗੱਲ ਤੇਰੀ ਠੀਕ ਹੈ ਚੱਲ ਵੇ ਗੰਜਿਆ ਕਹਿ ਇੱਕ ਕਹਿੰਦਾ ਠਹਿਰ ਜਾ ਇੱਕ ਇੱਕ ਕਰਕੇ ਵਕਤ ਪਾਇਆ ਇੱਕ ਗੱਲ ਹੋਰ ਆ ਜਿਹਨੂੰ ਆਪਾਂ ਸ਼ਰਮ ਕਹਿੰਦੇ ਆ ਸ਼ਰਮ ਦਾ ਮਾਲਕ ਕੌਣ ਕਹਿੰਦੀ ਇਹ ਤਾਂ ਮੈਨੂੰ ਪਤਾ ਕਹਿੰਦਾ ਕੌਣ ਕਹਿੰਦੀ ਸ਼ਰਮ ਦਾ ਮਾਲਕ ਤੁਰ ਫਿੱਟੇ ਤੇਰੇ ਕਹਿੰਦਾ ਇਲਮ ਕਿਤਾਬਾਂ ਪੜ੍ਹਨ ਤੇ ਕਹਿੰਦਾ ਇਹ ਤਾਂ ਉਹਦਾ ਭਰਾ ਲੱਗਿਆ ਸ਼ਰਮ ਤੇ ਹਿਆ ਭੈਣ ਭਾਈ ਨੇ ਮੈਂ ਮਾਲਕ ਪੁੱਛਿਆ ਕਹਿੰਦੀ ਗੰਜੇ ਇਹਦਾ ਵੀ ਨਹੀਂ ਪਤਾ ਕਹਿੰਦਾ ਪੰਜ ਹੋਰ ਛੱਡਦੇ ਪੰਜ ਹੋਰ ਛਡਾ ਲੈ ਕਹਿੰਦਾ ਰਹਿ ਗਏ ਦਸ ਲਿੱਤਰ ਚੱਕਦੀ ਕਰਦੀ ਨੂੰ ਕਹਿੰਦਾ ਮਾਰੂ ਛਾਲ ਪਾਉਣੀਆਂ ਤੋਂ ਥੱਲੇ ਕਹਿੰਦਾ ਚਿੱਤਰ ਨਹੀਂ ਗਾਣਾ ਇਹਦੇ ਕੋਲ ਕਹਿੰਦਾ ਰਾਣੀਏ ਸ਼ਰਮ ਦਾ ਮਾਲਕ ਜਦ ਕਹਿੰਦਾ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਅੱਖਾਂ ਨੂੰ ਸ਼ਰਮ ਚਲੀ ਜਾਂਦੀ ਹਾਂ ਵੇ ਗੰਜੇ ਇਹ ਵੀ ਤੇਰੀ ਗੱਲ ਠੀਕ ਕਹੋ ਵੇ ਗੰਜੇ ਕਹਿੰਦਾ ਰਾਣੀ ਇੱਕ ਗੱਲ ਹੋਰ ਕਹਿੰਦਾ ਇੱਕੇ ਪਰ ਇੱਕਾ ਕਹਿੰਦਾ ਜਾ ਗੰਜੇ ਨੇ ਕਰਤਾ ਤੁੱਕੇ ਤੋਂ ਤਿੱਕਾ ਨਹੀਂ ਰਹਿ ਗਿਆ ਇੱਕੇ ਦਾ ਇੱਕਾ ਕਹਿੰਦਾ ਆਹ ਦੱਸ ਕੀ ਹੈ ਹੁਣ ਅਨਪੜ੍ਹਾਂ ਵਾਲੇ ਸਵਾਲ ਪੜ੍ਹਿਆ ਸਾਨੂੰ ਕਿੱਥੇ ਆਉਂਦੇ ਕਹਿੰਦੀ ਗੰਜੇ ਇਹਦਾ ਵੀ ਨਹੀਂ ਪਤਾ ਕਹਿੰਦਾ ਪੰਜ ਹੋਰ ਛੱਡ ਦੇ ਪੰਦਰਾਂ ਲਿੱਤਰ ਮਾਫ਼ ਕਰਾ ਲੈ
ਕਹਿੰਦਾ ਹੁਣ ਰਹਿ ਗਏ ਪੰਜ, ਕਹਿੰਦਾ ਲਿੱਤਰ ਨਹੀਂ ਖਾਣਾ, ਕਹਿੰਦਾ ਮਾਰੂ ਛਾਲ ਥੱਲੇ, ਕਹਿੰਦਾ ਰਾਣੀ ਇੱਕ ਪਰ ਇੱਕਾ ਜਿਹਾ ਕੰਜੇ ਦੇ ਕਰਦਾ ਦੁੱਕੇ ਤੋਂ ਤਿੱਕਾ ਨਹੀਂ ਰਹਿ ਗਿਆ ਇੱਕੇ ਦਾ ਇੱਕਾ, ਕਹਿੰਦਾ ਜੇ ਤਾਂ ਅੱਜ ਮੈਂ 20 ਗਿਣ ਕੇ ਤੈਨੂੰ ਵਿਆਹ ਕੇ ਲੈ ਗਿਆ, ਕਹਿੰਦਾ ਇੱਕ ਤੂੰ ਇੱਕ ਮੈਂ ਇੱਕ ਮੇਰੀ ਮਾਂ, ਕਹਿੰਦਾ ਤਿੰਨ ਹੋ ਜਾਗੇ, ਜੇ ਕਹਿੰਦਾ ਮੈਂ ਲਾ ਗਿਆ ਤੂੰ ਮੇਰੇ ਰਾਜ ਮਰਵਾ ਦੇਣਾ, ਮੇਰੀ ਮਾਂ ਇਕੱਲੀ ਰਹਿ ਜੂ, ਅੱਜ ਤੂੰ ਮੈਨੂੰ ਜਾਣ ਨਹੀਂ ਦੇਣਾ, ਹਾਂ ਵੇ ਕੰਜਿਆ ਬਾਜ਼ਾਰ ਤਾਂ ਨਾ ਪਾ, ਬਹਿ ਜਾ ਇੱਥੇ ਗਿਣ, ਕਹਿੰਦਾ ਚੱਲ ਰਾਣੀ ਹੁਣ ਸ਼ੁਰੂ ਹੋ ਜਾ, ਕੋ ਵੇ ਕੰਜਿਆ ਇੱਕ, ਕਹਿੰਦਾ ਇੱਕ ਨਾਮ ਰੱਬ ਦਾ, ਕੋ ਵੇ ਕੰਜਿਆ ਦੋ, ਕਹਿੰਦਾ ਹਰ ਚੀਜ਼ ਦਾ ਅੱਲਾਹ ਤਾਲਾ ਦੀ ਜ਼ਾਤ ਨੇ ਜੋੜਾ ਜੋੜਾ ਬਣਾਇਆ, ਜ਼ਮੀਨ ਅਸਮਾਨ ਚੰਦ ਸੂਰਜ ਸਾਰੇ ਦਿਨ ਰਾਤ ਮਰਦ ਔਰਤ ਹਰ ਚੀਜ਼ ਦਾ ਜੋੜਾ ਜੋੜਾ ਬਣਾਇਆ, ਦੋ ਇਹ ਹੋ, ਕੋਵੇ ਕਹਿੰਦੇ ਤਿੰਨ, ਕਹਿੰਦਾ ਤਿੰਨ ਕੌਲ ਮੁਸਲਮਾਨਾਂ ਦੇ, ਕੋਵੇ ਕਹਿੰਦੇ ਚਾਰ, ਕਹਿੰਦਾ ਚਾਰ ਯਾਰ ਨਬੀ ਪਾਕ ਦੇ, ਕੋਵੇ ਕਹਿੰਦੇ ਪੰਜ, ਕਹਿੰਦਾ ਪੰਜ ਤਿੰਨ ਪਾਕ ਘਰਾਣਾ ਨਬੀ ਦਾ, ਪੰਜ ਨਮਾਜ਼ਾਂ ਮੁਸਲਮਾਨਾਂ ਦੀਆਂ, ਕਹਿੰਦਾ ਪੰਜ ਬਣਾ ਸਿੱਖਾਂ ਦੇ, ਕਿਹੜੇ ਕਿਹੜੇ, ਚਲੋ ਪੰਜਾਂ ਨਮਾਜ਼ਾਂ ਦਾ ਤਾਂ ਪਤਾ ਹੀ, ਸਿੱਖਾਂ ਦੇ ਬਣਾ ਕਿਹੜੇ ਕਿਹੜੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਪੰਜ ਬਣਾ ਲਏ ਉਹਨਾਂ ਨੇ, ਕੋਵੇ ਕਹਿੰਦੇ ਛੇ, ਕਹਿੰਦਾ ਛੇ ਕਲਮੇ ਨੇ ਕਾਹਦੇ ਜਿਹੜੇ ਘੜੀ ਕਿਉਂ ਤੇਰੇ ਤੇ ਬਾਰਦ ਹੋਣੇ ਨੇ, ਲਾਉਣੀ ਵੀ ਕੌਡੀ ਧੜਕਣ ਲੱਗ ਗਈ, ਕਹਿੰਦੀ ਇਹ ਕਰਦਾ ਕੀ ਹੈ ਕੰਜਾ ਜਿਹਾ, ਅੱਜ ਇਹ ਕੰਜਾ ਭੁੱਲ ਜਾ, ਕਹਿੰਦਾ ਭੁੱਲਾਂ ਕਿਉਂ, ਕਹਿੰਦਾ ਲਿੱਤਰ ਥੋੜਾ ਲੱਗਦਾ, ਕੋਵੇ ਕੰਜਾ ਸੱਤ, ਕਹਿੰਦਾ ਸੱਤ ਸੀਤਾ ਰਾਮ ਨੇ ਕਮਾਇਆ ਸੀ, ਸੱਤ ਦਰਵਾਜੇ ਦੋ ਦੇ, ਕੋਵੇ ਕੰਜਾ ਅੱਠ, ਕਹਿੰਦਾ ਅੱਠ ਅਠਰਾ, ਨੌ ਨਰਾਤਾ, ਦਸਵਾਂ ਦੁਸਹਿਰਾ, ਗਿਆਰਾਂ ਗਿਆਰਵੀਂ ਵਾਲਾ ਪੀਰ, ਬਾਰਾਂ ਮਹੀਨੇ ਸਾਲ ਦੇ, ਤੇਰਾਂ ਤੇਜੀਆਂ, ਚੌਦਾਂ ਤਬਕ ਜ਼ਮੀਨ ਅਸਮਾਨ ਦੇ, ਚੱਲ ਕਹਿੰਦਾ ਰਾਣੀ ਕਿੱਥੇ ਤੱਕ ਚੱਲਣਾ ਹੁਣ, ਕੋਵੇ ਕੰਜਾ ਪੰਦਰਾਂ, ਕਹਿੰਦਾ ਪੰਦਰਾਂ ਸਰਾਧ ਹਿੰਦੂਆਂ ਦੇ, ਕੋਵੇ ਕੰਜਾ ਸੋਲਾਂ, ਕਹਿੰਦਾ ਸੋਲਾਂ ਨੂੰ ਕਲਾਸ਼ਪੂਰਨ ਦੇ ਘਰੇ ਕ੍ਰਿਸ਼ਨ ਮਹਾਰਾਜ ਪੈਦਾ ਹੋਏ, ਕੋਵੇ ਕੰਜਾ ਸਤਾਰਾਂ, ਕਹਿੰਦਾ ਸਤਾਰਾਂ ਰਕਾਤਾਂ ਨਮਾਜ਼ ਦੀ ਸ਼ਾਦੀਆਂ, ਕੋਵੇ ਕੰਜਾ ਅਠਾਰਾਂ, ਕਹਿੰਦਾ ਅਠਾਰਾਂ ਬੇਟੇ ਹਜ਼ਰਤ ਅਲੀ ਦੇ, ਕੋਵੇ ਕੰਜਾ ਉੱਨੀ, ਕਹਿੰਦਾ ਰਾਣੀਆਂ ਪੂਰੇ ਹੋ ਗਏ, ਉਹ ਮਰ ਜਾਣੇ ਆ ਹਲੇ ਤਾਂ ਦੋ ਰਹਿੰਦੇ ਆ, ਕਹਿੰਦਾ ਉੱਨੀ ਵੀ ਤੂੰ, ਵੀਹਵਾਂ ਮੈਂ, ਇੱਕੀਵਾਂ ਮੇਰਾ ਢਾਂਗਾ, ਕਹਿੰਦਾ ਪਾ ਕੇ ਗੁੱਤ ਨੂੰ ਹੱਥ ਚੱਲਦਾ, ਕਹਿੰਦਾ ਕਮੋਆਲੇ ਮੋੜ ਤੇ ਭੇਡਾਂ ਜਾ ਰਹੀ ਹੈ, ਕਹਿੰਦਾ ਤੂੰ ਕਿ ਲੋਕਾਂ ਨੂੰ ਵਖਤ ਪਾਇਆ ਭਲਾ, ਕਿਹੜੇ ਕਿਹੜੇ ਬਿਆਨ ਕਰਕੇ ਦੱਸਦੇ ਹੈ।